بسم اللہ الرحمن الرحیم السلام علیکم ویریا تسی اپنا ترکیاں جنرل دا میں تہاڈا میزبان دکان ਰਵਾਬਤ ਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਤੇ ਅੱਛੀ ਤੇ ਅੱਛੀ ਵੀਡੀਓ ਲੈ ਕੇ ਜ਼ਰੂਰ ਵੀਜ਼ਾ ਮੀਟ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਭਾਈ ਵਿਚਾਰਨ ਦੀ ਵੀਡੀਓ ਪਰ ਸਿਲਸਿਲਾਵਾਰ ਵੀਡੀਓ ਜਿਹੜਾ ਨਾ ਤੁਸੀਂ ਵੇਖਦੇ ਪਏ ਕਿ ਜੁਮੇਰਾਤ ਵਾਲੇ ਦਿਨ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਇਹ ਅਪਲੋਡ ਹੁੰਦੀ ਪਈ ਹੈ ਬਾਕੀ ਵੀਡੀਓ ਦਾ ਐਡਰੈਸ ਹੈ ਜੇ ਕਿ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਧਮਥਲੇ ਲੋਕੇਸ਼ਨ ਅੱਗੇ ਵੀ ਵੀਡੀਓ ਜੇ ਦੱਸੀ ਦੀ ਹੈ ਕਿਸੇ ਵੀ ਭਰਾਵ ਨਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਜਲਾਲਪੁਰ ਜੱਟਾ ਔਰ ਜਲਾਲਪੁਰ ਜੱਟਾ ਤੋਂ ਆ ਜਾਣਾ ਕੜੀਆਂ ਵਾਲੇ ਕੜੀਆਂ ਦੇ ਨਾਲ ਜਿਹੜਾ ਨਾ ਇੱਕ ਡੇਢ ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ ਇਹੀ ਇਹਨਾਂ ਦੀ ਲੋਕੇਸ਼ਨ ਹੈ ਬਾਕੀ ਜਿਹੜੀ ਗੱਲਬਾਤ ਇਹਨਾਂ ਡੰਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਭਾਈ ਵਿਚਾਰਕ ਤੋਂ ਪੁੱਛ ਲਾਂਗੇ ਨਾਲ ਪੁੱਛ ਲਾਂਦੇ ਕਿ ਕਿੰਨੇ ਨੇ ਡੰਗਰ ਜਿਹੜੇ ਅੱਜ ਉਹਨਾਂ ਵੀਡੀਓ 'ਚ ਲਾਣੇ ਨੇ ਡੰਗਰ ਵੇਖ ਲੈਣੇ ਨੇ ਅਗਲੀ ਗੱਲਬਾਤ ਜਿਹੜੀ ਇਹਨਾਂ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ 'ਤੇ ਲੱਗ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਬੰਨ ਕਰ ਲੈਣਾ 12 ਜੀ ਜੁਮੇਰਾਤ ਹੈ ਤਾਰੀਖ ਵੀ ਪੜਦੀ ਹੈ 29 ਅਗਸਤ 2024 ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿਲਾ ਤੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ ਅਸਲਾਮ ਅਲੈਕਮ ਜੀ ਜੀ ਵਾਲੇਕਮ ਸਲਾਮ ਹਾਂ ਜੀ ਕੀ ਹਾਲ ਜੀ ਅੱਲਾ ਪਾਕ ਦਾ ਸ਼ੁਕਰ ਹੈ ਭਾਈ ਵਿਚਾਰੇ ਤੁਸੀਂ ਸੁਣਾਓ ਕੀ ਹਾਲ ਹੈ ਜੀ ਕਰਮ ਅੱਲਾ ਦਾ ਸਿਹਤ ਵੀ ਹੈ ਠੀਕ ਹੈ ਸ਼ੁਕਰ ਹੈ ਮਾਲਕ ਲੋ ਜੀ ਭਾਈ ਵਿਚਾਰੇ ਕਿੰਨੀਆਂ ਨੇ ਝੋਟੀਆਂ ਜਿਹੜੀਆਂ ਲਾਣੀਆਂ ਨੇ ਝੋਟੀਆਂ 3 ਭਾਈ ਜੀ ਲਾਣੀਆਂ ਨੇ ਦੋਂ ਦਾ ਰੇਟ ਲਾਣੇ ਤੇ ਇੱਕ ਦਾ ਜੀ ਨਾਲ ਠੀਕ ਵੈਸੇ ਅਗਲੀ ਵੀਡੀਓ 'ਚ ਰੇਟ ਲਾਣੇ ਠੀਕ ਹੈ ਮੱਝ ਝੋਟੀ ਪਾਕ ਪਤਨ ਤੋਂ ਲਈ ਤੇ ਥੋੜੀ ਜੂ ਦੀ ਵਜ੍ਹਾ ਕਰਾਸ ਹੋਈ ਤੋਂ ਅਗਲੀ ਜੀ ਠੀਕ ਹੋ ਗਿਆ ਚਲੋ ਵਹਾ ਸਾੜਨੇ ਆ ਭਰਾਵਾਂ ਨੂੰ ਸ਼ੋਅ ਕਰਾਉਂਦੇ ਚੀਜ਼ ਹੋਵੇ ਜੀ ਇਨਸ਼ਾਅੱਲਾ ਇਨਸ਼ਾਅੱਲਾ ਜਨਾਬ ਜਿਹੜੀਆਂ ਭਾਈ ਵਿਚਾਰਾ ਤੇ ਖੜੀਆਂ ਨੇ ਇਹਨਾਂ ਚੋਂ ਇੱਕ ਹੀ ਗੱਭਣ ਹੈ ਨਾ ਇੱਕ ਗੱਭਣ ਹੈ ਤੇ ਇੱਕ ਦੂਜੇ ਨੂੰ ਸੁਣੀ ਜੀ ਠੀਕ ਹੋ ਗਿਆ ਜੀ ਲੋ ਜੀ ਮਲਕ ਸਾਹਿਬ ਦੀ ਗ੍ਰੇਟ ਇੱਕ ਵਾਰੀ ਸਲਾਮ ਦਾ ਕਰੋ ਜੀ ਆਪਣੇ ਚਾਹਣ ਵਾਲਿਆਂ ਨੂੰ ਸਾਰੇ ਭਰਾਵਾਂ ਨੂੰ ਸਲਾਮ ਵੀ ਹੈ ਸਾਡੀ ਤਰਫੋਂ ਉਹਨਾਂ ਦਾ ਚਾਹ ਮੁਹੱਬਤ ਵੀ ਹੈ ਜੀ ਤੇ ਸਾਡਾ ਇੱਕ ਭਰਾ ਹੈ ਅਬਦੁਰਮਾਨ ਉਰ ਪਾਕਿਸਤਾਨ ਜੀ ਇਹਨਾਂ ਦਾ ਪਿੰਡ ਹੈ ਮਾਛੀ ਖੋਖਰ ਦੇ ਨਾਲ ਹੀ ਸਾਡੇ ਬੜੇ ਪੁਰਾਣੇ ਗਾਹਕ ਨੇ ਠੀਕ ਹੈ ਬੜੇ ਇੱਕ ਲਾਡਲੇ ਜੇ ਗਾਹਕ ਠੀਕ ਹੈ ਤੇ ਉਹਨਾਂ ਦਾ ਸਾਡੀ ਟੀਮ ਨੂੰ ਵੀ ਸਲਾਮ ਹੈ ਵੈਲਕਮ ਹੈ ਸਾਡਾ ਜੀ ਠੀਕ ਹੋ ਗਿਆ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਜਿਹੜੇ ਸਾਡੇ ਕੋਲ ਇੰਨਾ ਤਮਾਦ ਕਰਕੇ ਮਾਲ ਕਰਦੇ ਨੇ ਜੀ ਬਿਲਕੁਲ ਜਨਾਬ ਦੇਖੋ ਮਾਲ ਕੁਝ ਚੰਗਾ ਵੀ ਨਿਕਲਿਆ ਮਾੜਾ ਵੀ ਨਿਕਲਿਆ ਲੇਕਿਨ ਅਸੀਂ ਉਹਨਾਂ ਨਾਲ ਅੱਜ ਤੱਕ ਇੰਜ ਪੇ ਵਸਨੇ ਲੇਕਿਨ ਸਾਰੇ ਚੰਗੇ ਨਿਕਲੇ ਇਨਸ਼ਾਅੱਲਾ ਜਨਾਬ ਔਰ ਅਸੀਂ ਉਹਨਾਂ ਦੇ ਤਾਬਿਆਦਾਰ ਹਾਂ ਸਾਡਾ ਇੰਨਾ ਚਾਹਤਦਾ ਜੀ ਬਿਲਕੁਲ ਤੇ ਫਿਰ ਭਾਈ ਬਿਸ਼ਾਰਤ ਜਿੰਨਾ ਚਿਰ ਇਸ ਜਿਸਮ ਦੇ ਵਿੱਚ ਸਾਹ ਨੇ ਬਿਲਕੁਲ ਅਲਹਮਦੁਲਿਲਾ ਉਹੀ ਤਲਕ ਨੇ ਜਿਹੜੇ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਜੀ ਮੈਂ ਕੋਟਲੀ ਜ਼ਾਦ ਕਸ਼ਮੀਰ ਮੱਝਾਂ ਦਿੱਤੀਆਂ ਗੱਬਣਾ ਦੋ ਜੀ ਇਹ ਵੀਡੀਓ ਤੇ ਲਾਈਆਂ ਸਨ ਠੀਕ ਹੈ ਤੋਂ ਭਰਾਵਾਂ ਨੂੰ ਮੈਂ ਆਪ ਫੋਨ ਕਰਕੇ ਪੁੱਛਦਾ ਰਿਹਾ ਸੂਈਆਂ ਨੇ ਦੱਸੋ ਕੈਸੀਆਂ ਨਿਕਲੀਆਂ ਲੱਭ ਲੈਣਾ ਨਹੀਂ ਮੇਰੇ ਕੋਲ ਗਰੰਟੀ ਤਾਂ ਨਹੀਂ ਜੀ ਬਿਲਕੁਲ ਕੱਲ ਉਹਨਾਂ ਦੇ ਵਾਇਸ ਮੈਸੇਜ ਵਿੱਚ ਨੇ ਮੈਂ ਸੁਣਾ ਦਿੰਦਾ ਉਹਨਾਂ ਕਹਾਂ ਬਿਸ਼ਾਰਤ ਪਹਿਲਾ ਤੇ ਆਖਰੀ ਬੰਦਾ ਤੱਕਿਆ ਪੈਸੇ ਵੀ ਲੈ ਲੈ ਬੰਦਾ ਵੀ ਨਵਾਕਬ ਤੇ ਫੋਨ ਕਰਕੇ ਪੁੱਛਦਾ ਰੋਜ਼ੀ ਦਿੰਦੇ ਜਿਸ ਪੱਛੜ ਸਾਨੂੰ ਵਾਪਸ ਲੱਭਦੀ ਫਿਰ ਰੋਜ਼ੀ ਲੱਭਦੀ ਬਿਲਕੁਲ ਜੀ ਅੱਲਾ ਪਾਕ ਰਿਜ਼ਕ ਵੀ ਦਿੰਦਾ ਇੱਜ਼ਤ ਵੀ ਦਿੰਦਾ ਬੜਾ ਲੱਖ ਲੱਖ ਸ਼ੁਕਰ ਹੈ ਮਾਲਕ ਲੋ ਜੀ ਭਾਈ ਬਿਸ਼ਾਰਤ ਕਰੀਏ ਵੀਡੀਓ ਅੱਲਾ ਸੋਹਣੇ ਦੇ ਅਸਰ ਨੰਬਰ 1 ਤੇ ਸੂਈ ਲਾਣੀ ਹੈ ਇੱਕ ਸੂਈ ਝੋਟੀ ਲੋ ਜੀ ਖੋਲੋ ਜੀ ਪ੍ਰਾਪ ਹੋ ਜਿਹੜਾ ਨਾ ਬਿਸਮਿਲਲਾ ਪੜੋ ਜੀ ਇੱਕ ਵਾਰੀ ਝੋਟੀ ਸੂਈ ਜਿਹੜੀ ਹੈ ਨਾ ਇਹ ਬਲਾਲ ਭਰਾਵਾਂ ਨੂੰ ਟਕਾਏ ਤੇ ਲੈਣੇ ਦੇਣੇ ਨਸੀਬ ਨੇ ਜਨਾਬ ਬੜੀ ਅਨਮੋਲ ਜਿਹੀ ਤੇ ਲਾਡਲੀ ਜਿਹੀ ਝੋਟੀ ਹੈ ਜੀ ਬਿਲਕੁਲ ਇਹ
ਪੁੱਤਰ ਤੇ ਭਾਈ ਤਾਰਕ ਨੀ ਕਈ ਆਲਾ ਤੇ ਭਾਈ ਜ਼ਫਰਵਾਨ ਸ਼ਰੀਫ ਆਲਾ ਉਹ ਇੱਥੇ ਬੈਠੇ ਗੱਲ ਦੇ ਮੱਝਾ ਸੀ ਚੋਈਆਂ ਨੇ ਠੀਕ ਹੋ ਗਿਆ ਜਨਾਬ ਉਹ ਵੀ ਆਖਣ ਦੇ ਕਿ ਬਿਸ਼ਾਰਤ ਦੀ ਮੱਝੀ ਨੂੰ ਕੋਈ ਆ ਰਹਾ ਨਹੀਂ ਮੇਰੇ ਪਤਨ ਕਰਨੇ ਥੋੜਾ ਜਿਹਾ ਉੱਤੇ ਟਾਈਮ ਹੁੰਦਾ ਧਾਰ ਪਤੀ ਜਾਂਦੇ ਜੀ ਬਿਲਕੁਲ ਜਨਾਬ ਲੇਕਿਨ ਦਿਸਦੀ ਹੈ ਪੈਰ ਤੇ ਆਈ ਜਿਸ ਲਾਏ ਦੀ ਤੇ ਫਿਰ ਸਾਨੂੰ ਹੋਰ ਬਣਾਇਆ ਨਹੀਂ ਤੇ ਰਹਿਣ ਲੱਗਾ ਜੀ ਬਿਲਕੁਲ ਜਿੱਥੇ ਪਸਮੇ ਗਈ ਹੈ ਪਸਮੇ ਜੀ ਇਹ ਔਰ ਮਾਸ਼ਾਅੱਲਾ ਫਿਰ ਸਾਈਡ ਤੋਂ ਵੇਲ ਜਿਹੜਾ ਹੈ ਨਾ ਇਹ ਝੋਟੀ ਦੀ ਜਨਾਬ ਚੈੱਕ ਕਰਨੀ ਹੈ ਵੱਖੀ ਭੁੰਨੀ ਕੋਲੇ ਮਾਸ਼ਾਅੱਲਾ ਜਨਾਬ ਇੰਜ ਦਾ ਜਿਹੜਾ ਨਾ ਝੋਟੀ ਦਾ ਚੁਆ ਤੇ ਫਿਰ ਦੂਜਣ ਦੂਜਣ ਭਾਈ ਜੀ ਮਾਸ਼ਾਅੱਲਾ ਜਨਾਬ ਝੋਟੀ ਹੈ ਬਿਸ਼ਾਰਤ ਮਗਰ ਕੱਟਾ ਤੂੰ ਕੱਟੀ ਕੱਟਾ ਭਾਈ ਜੀ ਲਓ ਜੀ ਮਗਰ ਤੇ ਕੱਟਾ ਦੂਜੇ ਝੋਟੀ ਹੈ ਤੇ ਮਲਕ ਸਾਹਿਬ ਦੀ ਗ੍ਰੇਟ ਕਿੰਨੇ ਢੰਗਾਂ ਦੀ ਝੋਟੀ ਸੋਈ ਭਾਈ ਜੀ ਰਾਤ ਸੱਟ ਕਰੀਏ ਰਾਤ ਦੀ ਵੀਡੀਓ ਕੋਲ ਹੈ ਠੀਕ ਹੈ ਅੱਜ ਜਾਲੇ ਜੇ ਕਰਦੇ ਜੇ ਪਈ ਆ ਝੋਟੀ ਹੈ ਪਿੱਛੋਂ ਚਲੋ ਜੀ ਮੈਲੇ ਤੋਂ ਸਾਫ ਹੋ ਗਈ ਉਹਦੀ ਵੀਡੀਓ ਬਣਾ ਲਈਏ ਜਿੱਤੇ ਰਾਤ ਬਹਿ ਕੇ ਸਾਡੀ ਜੀ ਠੀਕ ਹੋ ਗਿਆ ਜਨਾਬ ਮੈਲੇ ਤੋਂ ਸਾਫ ਭਰਾ ਟਿੱਲ ਮਾਰਨ ਦੇ ਤਾਂ ਜਿੰਨਾ ਅੱਖਾਂ ਤੇ ਪਈ ਤੇ ਇਨ ਇਨਸ਼ਾਅੱਲਾ ਜਨਾਬ ਇਨਸ਼ਾਅੱਲਾ ਅੱਲਾ ਦੇ ਫਜ਼ਲ ਲੋ ਜੀ ਸੋਵੇ ਤਰਾਵੇ ਝੋਟੀ ਦੇ ਜਨਾਬ ਮੁਕੰਮਲ ਨੇ ਔਰ ਦੁੱਧ ਤੇ ਜਿਹੜਾ ਹੈ ਨਾ ਇਹ ਮਾਸ਼ਾਅੱਲਾ ਜਨਾਬ ਝੋਟੀ ਲੱਗ ਗਈ ਹੈ ਫਿਰ ਬਰੀਕੀਆਂ ਇਹ ਮੁਕੰਮਲ ਜਨਾਬ ਝੋਟੀ ਦੀਆਂ ਵੇਖ ਲੈਣੀਆਂ ਤੇ ਭਾਈ ਵਿਚਾਰੇ ਤੇ ਕੀ ਕੁ ਦੁੱਧ ਆ ਦਾ ਝੋਟੀ ਭੜਿਆ ਹੈ ਆ ਦੱਸੋ ਜੀ ਭਾਈ ਜੀ 12 ਕਿਲੋ ਲਾ ਲਓ ਠੀਕ ਹੈ ਉਹ ਜੇ 12 ਬੂਣਾ ਵਾਲਾ ਕੰਮ ਨਹੀਂ ਹੈ ਤਲਕ ਨਹੀਂ ਹੈ ਦਾ ਜੂ ਦਾ ਮਾਲਕ ਹੈ ਸੁਣੀ ਨੇ ਜੂ ਦੀ ਝੋਟੀ ਅੱਲਾ ਦੇ ਨਿਕੀ ਦੇ ਜਿਸ ਰਸਤੇ ਦਾ ਪੱਟਾ ਫੰਡਾ ਨਾਲ ਲੱਗੀ ਤੇ ਜਿੰਨਾ ਕੋਈ ਦੁੱਧ ਭਰਾ ਆਖੇ ਦਾ ਅੱਲਾ ਪਾਕੇ ਦਾ ਕਰਮ ਕਰੇ ਜੀ ਠੀਕ ਹੋ ਗਿਆ ਲੋ ਜੀ ਆਦਰ ਮੌਕਾ ਜਿਹੜਾ ਨਾ 12 ਕਿਲੋ ਇਹ ਤਾਂ ਜਨਾਬ ਝੋਟੀ ਭਾਈ ਜੀ ਐਵੇਂ ਝੂਠ ਮਾਰਦੀ ਹੈ ਲਿਬਾਸ ਤੱਕ ਜੀ 16 17 ਸਿਰ ਜੀ ਨਹੀਂ ਗਲਤ ਗੱਲ ਕਰਨੀ ਹੈ ਤੇ ਨਾ ਕਰਨੀ ਹੈ ਸਾਰੀ ਜ਼ਿੰਦਗੀ ਦੇਖੋ ਜੀ ਜਨਾਬ ਭਾਈ ਜੀ ਨਸਲ ਤੱਕ ਨਾ ਵੰਡ ਭਰਾ ਸਕਣ ਦੁੱਧ ਵੀ ਅੱਲਾ ਪਾਕ ਜਿਤਨਾ ਭਰਾ ਮੇਰੇ ਹੱਥ ਨੇ ਉਹਨਾਂ ਮੈਂ ਜੀ ਇਨਸ਼ਾਅੱਲਾ ਜਨਾਬ ਚੁਆਏਗੀ ਜਿਹੜਾ ਨਾ ਕਿਉਂਕਿ ਨਸਲ ਚੰਗੀ ਹੈ ਹੁਸਨ ਚੰਗਾ ਜਿਹੜਾ ਫਿਰ ਮੁਕੰਮਲ ਇਹ ਝੋਟੀ ਜਨਾਬ ਸਾਰੀ ਚੰਗੀ ਹੈ ਥਣ ਜਿਹੜਾ ਨਾ ਇਹ ਝੋਟੀ ਬੜਾ ਪਾਵਰ ਵਾਲਾ ਥਣ ਪਾ ਜੀ ਘੱਟ ਮੱਝਾਂ ਨੂੰ ਥਣ ਹੁੰਦਾ ਇਸ ਝੋਟੀ ਦਾ ਥਣ ਚਾਰ ਸੂਏ ਵੀ ਸੂਏ ਤੇ ਅੰਜੀ ਰਹੇ ਇੱਥੇ ਰਹੇਗਾ ਔਰ ਫਿਰ ਲਬਾਸ ਦਾ ਰੰਗ ਸੁਰਹ ਮਾਰਾ ਭਾਈ ਜੀ ਚੰਗੀ ਵਾਲੀ ਜਿਹੜਾ ਹੈ ਨਾ ਇਹ ਨਿਸ਼ਾਨੀ ਲੋ ਜੀ ਮਲਕ ਸਾਹਿਬ ਦੀ ਗ੍ਰੇਟ ਝੋਟੀ ਜਨਾਬ ਨੰਬਰ 1 ਦੂਜਣ ਕਰਨਾ ਜਨਾਬ ਖੜਾ ਕੀ ਇਹ ਕਿਸੇ ਭਰਾ ਨੂੰ ਪਸੰਦ ਆਵੇ ਲਾਲੇ ਦੀ ਜਾਨ ਕਿੰਨੇ ਦੀ ਜਿਹੜੀ ਖੜਾਕ ਦੀ ਗੱਲ ਕੀਤੀ ਜੇ ਕਿਹੜਾ ਸਾਰੇ ਉਮਰ ਪੈਸੇ ਕਮਾਣੇ ਤੁਸੀਂ ਆਪਣੀ ਮਰਜ਼ੀ ਨਾਲ ਲਾਜ ਮੈਂ ਨਾ ਮਲਕ ਸਾਹਿਬ ਤੁਸੀਂ ਬਿਸਮਿਲਲਾ ਪੜ੍ਹਨੀ ਹੈ ਕੋਈ ਗੱਲ ਨਹੀਂ ਭਾਈ ਜੀ ਜ਼ਿੰਦਗੀ ਚ ਅੱਲਾ ਪਾਕ ਨੇ ਬੜਾ ਕੁਝ ਦਿੱਤਾ ਤੇ ਬੜੀ ਇੱਜ਼ਤ ਦਿੱਤੀ ਇਹ ਮਲਕ ਸਾਹਿਬ ਤੁਹਾਡੀ ਮੁਹੱਬਤ ਹੈ ਜਨਾਬ ਕਿ ਜਿਹੜੇ ਇੰਨੀ ਇੱਜ਼ਤ ਜਿਹੜਾ ਹੈ ਨਾ ਇਹ ਦਿੰਦੇ ਹੋ ਤੇ ਮਲਕ ਸਾਹਿਬ ਦੀ ਗ੍ਰੇਟ ਜੇ ਅਸੀਂ ਰੋਜ਼ੀ ਰੱਖ ਕੇ ਕਿੰਨੇ ਦੀ ਝੋਟੀ ਪੜਾ ਫੜਨੀ ਹੈ 4,45,000 ਦੀ ਜਿਸ ਭਰਾ ਨੂੰ ਪਸੰਦ ਆਵੇ ਇਹੀ ਹੈ ਨਾ ਬੱਚੇ ਦਾ ਕੱਟਾ ਵਹਾਓ ਜੀ ਨਾਲ ਹੀ ਜਿਹੜਾ ਨਾ ਲਿਆਓ ਜੀ ਅੱਗੇ ਕੋਲੋਂ ਜੀ ਬਰਾਤ ਬਹੁ ਜਿਹੜਾ ਨਾ ਝੋਟੀ ਨੰਬਰ ਜਿਹੜੀ ਹੈ ਨਾ 2 ਝੋਟੀ ਜਨਾਬ ਕੱਬਣ ਔਰ 3 ਨੰਬਰ ਤੇ ਜਿਹੜਾ ਹੈ ਨਾ ਮਾਸ਼ਾਅੱਲਾ ਔਰ ਪਹਿਲਣਾ ਹੋ ਕੇ ਵਜੂਦ ਗੰਢ ਜੋੜ ਜਿਹੜੇ ਔਰ ਫਿਰ ਦੁੱਧ ਦੀਆਂ ਚੋੜੀਆਂ ਬੱਝੀਆਂ ਨੇ ਮਾਸ਼ਾਅੱਲਾ ਜਨਾਬ ਝੋਟੀ ਜਿਹੜੀ ਹੈ ਨਾ ਬਰੀਕ ਚੈੱਕ ਕਰਨੀ ਹੈ ਕਿ ਪਹਿਲਣ ਹੋ ਕੇ ਮਾਸ਼ਾਅੱਲਾ ਅਗਲੀ ਸਾਈਡ ਤੋਂ ਕਿੰਨੀ ਬਰੀਕ ਹੈ ਔਰ ਮਾਸ਼ਾਅੱਲਾ ਜੀ ਇਹ ਥਣ ਮੁੱਠ ਮੁੱਠ ਜਿਹੜਾ ਹੈ ਨਾ ਪਹਿਲਣ ਝੋਟੀ ਨੂੰ ਕੋਈ ਬਿਸ਼ਾਰਤ ਨਹੀਂ ਜਿਹੜੇ ਥਣ ਘੱਟ ਲਾ ਘੱਟ ਭਾਈ ਜੀ
ਮਾਸ਼ਾਅੱਲਾ ਖੜੀ ਜਾਣਾ ਔਰ ਮੱਥੇ ਦੇ ਸਿਰਫ ਗਿਣ ਕੇ ਚਾਰ ਵਾਲ ਜਿਹੜਾ ਹੈ ਨਾ ਚਿੱਟੇ ਚਿੱਟੇ ਨੇ ਖੂਬਸੂਰਤੀ ਇਨਸ਼ਾਅੱਲਾ ਸਫ਼ਰ ਕੋਈ ਪੈ ਜਾਂਦਾ ਮਾਸ਼ਾਅੱਲਾ ਜਨਾਬ ਇੱਕ ਵਾਰ ਜਿਹੜਾ ਨਾ ਅਯੇ ਝੋਟੀ ਨੇ ਲੈ ਜਾਣਾ ਤੇ ਅੱਜ ਵੀ ਝੋਟੀ ਵੇਖਣੀ ਔਰ ਇਸ ਗੱਲ ਨੂੰ ਵੀ ਮੱਦੇਨਜ਼ਰ ਰੱਖਣਾ ਕਿ ਜੇ ਇੱਕ ਵਾਰ ਲੈ ਜਾਣਾ ਫਿਰ ਅੱਖਾਂ ਧੋਵੇ ਕਾਲੀਆਂ ਮਾਸ਼ਾਅੱਲਾ ਜਨਾਬ ਲੈ ਜਾਣੇ ਨੇ ਔਰ ਇੱਥੇ ਬਲਾਲ ਇੱਕ ਵਾਰੀ ਪਹਿਲਣ ਦਾ ਥਣ ਜਿਹੜਾ ਨਾ ਇਹ ਭਰਾਵਾਂ ਨੂੰ ਤਕਾ ਸੜਨਾ ਕਿ ਮਾਸ਼ਾਅੱਲਾ ਥਣ ਵੀ ਲਿਬਾਸ ਬਣਾਏ ਜੀ ਭਾਈ ਜੀ ਵੱਖੋ ਵੱਖ ਬਣਾ ਛੱਡੇ ਮਾਸ਼ਾਅੱਲਾ ਜਨਾਬ ਔਰ ਲਕੀਰ ਵਾਲਾ ਜੀ ਹਾਂ ਝੋਟੀ ਦਾ ਜਿਹੜਾ ਹੈ ਨਾ ਇਹ ਲਿਬਾਸ ਹੋਵੇਗਾ ਜੀ ਮਲਿਕ ਸਾਹਿਬ ਦੀ ਗ੍ਰੇਟ ਝੋਟੀ ਜਨਾਬ ਪਹਿਲਣ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਜਨਾਬ ਨੇ ਝੋਟੀ ਦੇ ਸੜਨੀ ਭਾਈ ਜੀ ਝੋਟੀ ਲਿਆ ਤੇ 4,55,000 ਰੁਪਏ ਜਾ ਰਾਜ਼ੀ ਆ ਤੇਰੇ ਤੋਂ ਤੇ ਫਿਰ ਪਹਿਲਣ ਦੀਆਂ ਸਾਲਤਾ ਉਹ ਭਾਈ ਜੀ ਇਹ ਜੂ ਦੀ ਅੱਲਾ ਜ਼ਿੰਦਗੀ ਦੇ ਸੁਏ ਤੇ ਹੁਣ ਵੀ ਕਿਸੇ ਭਰਾ ਦਾ ਦਿਲ ਕਰੇ ਬਾਲਟੀ ਲਾ ਕੇ ਸੰਦੇ ਜੀ ਬਿਲਕੁਲ ਅਲੜ ਨਹੀਂ ਲੱਗੇ ਲੋ ਜੀ ਜਿਸ ਭਰਾ ਨੂੰ ਪਸੰਦ ਆਵੇ 4,40,500 ਵੀਡੀਓ ਚ ਰੇਟ ਵੀ ਲਾ ਦੇ ਝੋਟੀ ਦਾ ਇਨਸ਼ਾਅੱਲਾ ਸਾਰੇ ਕੰਮ ਕਰ ਅੱਜ ਕਿਸੇ ਭਰਾ ਨੂੰ ਪਸੰਦ ਆਵੇ ਉਹ ਸੀ ਉਹਦੇ ਨੌਕਰ ਦਾ ਵੇਲੇ ਜੋ ਕੋਲ ਮੈਂ ਰਕਮ ਦੇ ਕੇ ਆਇਆ ਉਹ ਮਾਸ਼ਾਅੱਲਾ ਝੋਟੀ ਦੇ ਚੈੱਕ ਕਰਨੇ ਨੇ ਔਰ ਪੁੱਠਾ ਜਿਹੜਾ ਨਾ ਇਹ ਝੋਟੀ ਦਾ ਚੈੱਕ ਕਰਨਾ ਤੇ ਰੰਗ ਮਾਸ਼ਾਅੱਲਾ ਝੋਟੀ ਦਾ ਸੁਰਮਿਆਰ ਬੜਾ ਰੰਗ ਹੈ ਭਾਈ ਜੀ ਮਾਸ਼ਾਅੱਲਾ ਰੰਗ ਨਾ ਸ਼ਿਕਾਰੀ ਜਿਹੜਾ ਨਾ ਔਰ ਜੈਨੂਇਨ ਸਿੰਘ ਜੈ ਹਰ ਚੀਜ਼ ਜੈ ਦਾ ਕੋਈ ਭਾਈ ਜੀ ਜੀ ਬਿਲਕੁਲ ਮਾਸ਼ਾਅੱਲਾ ਜੀ ਜੈਨੂਇਨ ਸਿੰਘ ਹੀ ਲੱਗੀ ਔਰ ਫਿਰ ਵਿਚਾਰੇ ਉੱਥੇ ਭਾਈ ਜੀ ਚੱਕਾਂ ਦੇ ਵਿੱਚ ਕੌਣ ਸਿੰਘ ਕਢਾਏ ਇਹਨਾਂ ਵਿਚਾਰੀਆਂ ਦੇ ਤੇ ਕੌਣ ਉਹ ਘਰਾਂ ਨੀ ਉਹਦੇ ਬੜਾ ਗੁੱਸਾ ਚੜਿਆ ਹੋਵੇ ਤੇ ਦਾਤਰੀ ਨਾਲ ਗੁਵਾ ਨੀ ਸਕਦੇ ਜੀ ਬਿਲਕੁਲ ਤੇ ਫਿਰ ਭਾਈ ਵਿਚਾਰਾ ਤੇ ਵੇਖਣਾ ਕਿ ਸਿੰਘ ਦੇ ਵਿੱਚ ਜਿਹੜਾ ਨਾ ਜੀ ਭਾਈ ਜੀ ਮੇਰਾ ਇੱਕ ਦੋਸਤ ਦਾ ਭਰਾ ਹੈ ਅਰਸ਼ਦ ਬੇਗ ਜੀ ਬੁਜਕਰ ਉਹਦਾ ਪਿੰਡ ਹੈ ਠੀਕ ਹੈ ਮੱਝਾਂ ਦਾ ਫਾਰਮ ਹੈ ਜੀ ਉਹਨੇ ਮੈਨੂੰ ਰਾਤ ਨੂੰ ਆਖਿਆ ਮਲਕ ਜੀ ਸਾਰੀ ਦੁਨੀਆ ਦੀ ਇਸ ਨਸਲ ਦੀ ਮੱਝ ਲੱਭਦੀ ਬਹੁਤ ਘੱਟ ਹੈ ਅੰਦਰ ਝੋਟੀ ਦੀ ਉਹਦਾ ਪੁੱਠਾ ਉਹਦਾ ਸਿੰਘ ਉਹਦਾ ਮੂੰਹ ਤੱਕ ਇੱਕ ਜੈਸਾ ਹੋਵੇ ਦਾ ਔਰ ਉਹਦਾ ਜਿਹੜਾ ਥਣ ਲੱਗਿਆ ਥਣ ਲੱਗਿਆ ਫਿਰ ਜਿਹੜੀ ਚਵਾਈ ਰੱਬ ਨੇ ਲਾਈ ਉਹਦਾ ਮੁੱਲ ਹੀ ਕੋਈ ਮਾਸ਼ਾਅੱਲਾ ਜਨਾਬ ਔਰ ਫਿਰ ਮਾਸ਼ਾਅੱਲਾ ਮੱਟੀਆਂ ਵੀ ਤੇ ਫਿਰ ਲੱਤਾਂ ਵੀ ਚੈੱਕ ਕਰਨੀਆਂ ਨੇ ਬਰੀਕ ਬਰੀਕ ਤੇ ਗਿੱਠ ਗਿੱਠ ਅਗਲੀ ਲੱਤ ਹੈ ਭਾਈ ਜੀ ਜੀ ਬਿਲਕੁਲ ਜਨਾਬ ਔਰ ਖੁਰ ਕੋਲ ਜਿਹੜਾ ਨਾ ਔਰ ਮਾਸ਼ਾਅੱਲਾ ਜੀ ਦੁੱਧ ਵਾਲੀ ਝੋਟੀ ਜਨਾਬ ਕੱਚੀ ਸੋਈ ਹੈ ਛੇਵਾਂ ਸੱਤਵਾਂ ਦਿਨ ਜਨਾਬ ਸੋਏ ਆ ਮਗਰ ਇਹਦੇ ਕੱਚੀ ਜਿਹੜਾ ਹੈ ਨਾ ਔਰ ਬਲਾਲ ਇੱਕ ਵਾਰੀ ਮੂੰਹ ਪੱਟ ਕੇ ਜਿਹੜਾ ਹੈ ਨਾ ਬਰਾਰ
ਇਹਦੇ ਵੀ ਤਸੱਲੀ ਕਰਾਣੀ ਹੈ। ਔਰ ਮਾਸ਼ਾਅੱਲਾ ਜਨਾਬ ਸਾਲਤਾਂ ਜਿਹੜੀਆਂ ਨੇ ਨਾ ਇਹ ਝੋਟੀ ਦੀਆਂ ਭਰਾਵਾਂ ਨੇ ਚੈੱਕ ਕਰਨੀਆਂ, ਲੈਣੇ ਦੇਣੇ ਨਸੀਬ ਨੇ। ਲੋ ਜੀ ਭਾਈ ਬਿਸ਼ਾਰਤ, ਇਹਦੀਆਂ ਗੱਲਾਂ ਫਿਰ ਫੋਨ ਤੇ ਹੀ ਹੋਣੀਆਂ ਜੀ। ਫੋਨ ਚ ਨੇ ਅਗਲੀ ਵੀਡੀਓ ਚ ਸਾਡੀ ਜ਼ਿੰਦਗੀ ਰਹੀ, ਅੱਲਾ ਪਾਕ ਇਹਨਾਂ ਇਹਦੀ ਜ਼ਿੰਦਗੀ ਕਰੇ ਜੀ, ਅੱਲਾ ਖੈਰ ਕਰੇ ਤੇ ਵੀਡੀਓ ਦੇ। ਠੀਕ ਹੋ ਗਿਆ ਜਨਾਬ। ਲੋ ਜੀ ਅੱਜ ਜਿਸ ਭਰਾ ਨੂੰ ਪਸੰਦ ਆਵੇ ਨਾ ਫੋਨ ਕਰਕੇ ਭਾਈ ਬਿਸ਼ਾਰਤ ਨੂੰ ਪੁੱਛ ਲੈਣਾ, ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਔਰ ਅੱਲਾ ਦੇ ਕਰਮ ਨਾਲ ਜੀ ਬਿਲਕੁਲ ਜਨਾਬ। ਦੇਖੋ ਜੀ ਭਾਈ ਬਿਸ਼ਾਰਤ, ਦੁੱਧ ਉਹ ਦੱਸਣਾ ਹੁੰਦਾ ਜਿਹੜਾ ਪੂਰਾ ਕਰਾਣਾ, ਪੂਰਾ ਕਰਾਣਾ ਜਨਾਬ। ਆਪਣੀ ਆ ਕੇ ਤਸੱਲੀ ਕਰਨ ਲੋ ਜੀ, ਜਿਸ ਭਰਾ ਨੂੰ ਪਸੰਦ ਆਵੇ ਨਾ ਨੰਬਰ ਭਾਈ ਬਿਸ਼ਾਰਤ ਦਾ ਸਕਰੀਨ ਤੇ ਲਾ ਜਾਣਾ, ਰਾਬਤਾ ਕਰਕੇ ਨਾ ਇਸ ਝੋਟੀ ਦਾ ਜਨਾਬ ਮੌਕਿਆਂ ਤੇ ਟੁਰਾਓ, ਜਾਂ ਜਨਾਬ ਫੋਨ ਤੇ ਜਿਹੜਾ ਨਾ ਗੱਲਬਾਤ ਹੋਵੇਗੀ, ਤੇ ਇਨਸ਼ਾਅੱਲਾ ਗੱਲਬਾਤ ਹੋਵੇਗੀ ਜਾਇਜ਼ ਮੁਨਾਸਬ ਜਿਹੜਾ ਨਾ ਜਿਸ ਭਰਾ ਨੂੰ ਪਸੰਦ ਆਵੇ। ਲੋ ਜੀ ਭਾਈ ਬਿਸ਼ਾਰਤ, ਅੱਜ ਦੀ ਵੀਡੀਓ ਚ ਇਹ ਹੀ ਨੇ ਨਾ ਤਿੰਨ ਜਿਹੜਾ। ਲੋ ਜੀ ਤਿੰਨੇ ਜਨਾਬ ਵਹਾਸੜੀਆਂ ਨੇ, ਤਰੋਂ ਦਾ ਜਿਹੜਾ ਨਾ ਦੋ ਦਾ ਮੁੱਲ ਲੱਗ ਗਿਆ, ਤੇ ਤੀਸਰੀ ਜਨਾਬ ਸਿਰਫ ਭਰਾਵਾਂ ਨੂੰ ਤਕਾਈ ਹੈ। ਜਿਹੜੀ ਜਿਹੜੀ ਪਸੰਦ ਆਵੇ ਭਾਈ ਬਿਸ਼ਾਰਤ ਨਾਲ ਰਾਬਤਾ ਕਰਨਾ, ਔਰ ਅੱਲਾ ਪਾਕ ਰੱਖੇ ਖੈਰ। ਇਸੇ ਵੀਡੀਓ ਦੇ ਨਾਲ ਜਨਾਬ ਇਜਾਜ਼ਤ ਚਾਹਵਾਂਗੇ, ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਨਾਰਾ ਮਾਰਨਾ ਜੀ, ਪਾਕਿਸਤਾਨ ਜਿੰਦਾਬਾਦ, ਪਾਕ ਫੌਜ ਜਿੰਦਾਬਾਦ।